जेकर गल की है सुखपाल सिंह खेरा जो कि भलातो विधायक ने उन्होंने रिमांड तो बाद हुण जेल दे विच भेज दिता गया जी। क्योंकि एक केस होर है जिदे विच इन्हां दे सम्मना नूं सुखपाल सिंह खेरा ने चुनौती दित्ती सी, वह बहस हो चुकी है ते हाई कोर्ट दे विच उह केस दा फैसला राखवां रख्या होया है। 8 दिन दा रिमांड इदों पहलां कट चुके ने, 2 दिन दा पहलां ਤੇ ਜਦੋਂ ਦੂਜੀ ਵਾਰ ਲੈ ਕੇ ਗਏ 2-2 ਦਿਨ 3 ਵਾਰ ਲਿਆ ਗਿਆ। ਉਹ ਕਹਿੰਦੇ ਉਹੀ ਪੁਰਾਣੇ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਟੁੱਟੇ ਪੁਰਾਣੇ ਖੌਂਸਲੇ ਬਸੰਤੇ ਹੋਰੀ ਘਰ ਆਏ, ਉਹੀ ਕਿਸੇ ਪਿੱਟੇ ਕਹਿੰਦੇ ਪੁਰਾਣੇ ਸਵਾਲ ਬਾਰ ਬਾਰ ਪੁੱਛੀ ਜਾਂਦੇ ਆ ਤੇ 8 ਦਿਨਾਂ 'ਚ ਸੁਖਪਾਲ ਖਹਿਰਾ ਤੋਂ 8 ਘੰਟੇ ਵੀ ਪੁੱਛਗਿੱਛ ਨਹੀਂ ਹੋਈ। ਜੇਕਰ ਗੱਲ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਜੋ ਕਿ ਭਲਾਤੋ ਵਿਧਾਇਕ ਨੇ ਉਹਨਾਂ ਨੂੰ ਰਿਮਾਂਡ ਤੋਂ ਬਾਅਦ ਹੁਣ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜੀ। ਸੁਖਪਾਲ ਸਿੰਘ ਖਹਿਰਾ ਨੂੰ ਅੱਜ ਦੂਰੀ ਰਾਤ ਇੱਕ ਤਾਂ ਜ਼ਮਾਨਤ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਕਰਤਾ ਤੇ 19 ਅਕਤੂਬਰ ਨੂੰ ਆ ਕੇ ਜਵਾਬ ਦਿਓ। ਦੂਜਾ ਸੁਖਪਾਲ ਸਿੰਘ ਖਹਿਰਾ ਨੂੰ, ਕਿਉਂਕਿ ਇੱਕ ਕੇਸ ਹੋਰ ਹੈ ਜਿਹਦੇ ਵਿੱਚ ਇਹਨਾਂ ਦੇ ਸੰਮਨਾ ਨੂੰ ਸੁਖਪਾਲ ਸਿੰਘ ਖਹਿਰਾ ਨੇ ਚੁਣੌਤੀ ਦਿੱਤੀ ਸੀ, ਉਹ ਬਹਿਸ ਹੋ ਚੁੱਕੀ ਹੈ ਤੇ ਹਾਈ ਕੋਰਟ ਦੇ ਵਿੱਚ ਉਹ ਕੇਸ ਦਾ ਫੈਸਲਾ ਰਾਖਵਾਂ ਰੱਖਿਆ ਹੋਇਆ ਹੈ। ਇਹ ਅੱਜ ਵਾਲਾ ਜ਼ਮਾਨਤ ਦਾ ਸੀ ਤੇ ਦੂਜਾ ਉਹਨਾਂ ਨੂੰ ਜਲਾਲਾਬਾਦ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। 8 ਦਿਨ ਦਾ ਰਿਮਾਂਡ ਇਦੋਂ ਪਹਿਲਾਂ ਕੱਟ ਚੁੱਕੇ ਨੇ, 2 ਦਿਨ ਦਾ ਪਹਿਲਾਂ ਤੇ ਅੱਜ ਦੂਜੀ ਵਾਰ ਲੈ ਕੇ ਗਏ, 2-2 ਦਿਨ 3 ਵਾਰ ਲਿਆ ਗਿਆ। ਉਹਨਾਂ ਦੇ ਵਕੀਲ ਨੇ ਸੰਜੀਵ ਕੰਬੋਜ, ਉਹ ਕਹਿੰਦੇ ਉਹੀ ਪੁਰਾਣੇ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਟੁੱਟੇ ਪੁਰਾਣੇ ਖੌਂਸਲੇ ਬਸੰਤੇ ਹੋਰੀ ਘਰ ਆਏ, ਉਹੀ ਕਿਸੇ ਪਿੱਟੇ ਕਹਿੰਦੇ ਪੁਰਾਣੇ ਸਵਾਲ ਬਾਰ ਬਾਰ ਪੁੱਛੀ ਜਾਂਦੇ ਆ ਤੇ 8 ਦਿਨਾਂ 'ਚ ਸੁਖਪਾਲ ਖਹਿਰਾ ਤੋਂ 8 ਘੰਟੇ ਵੀ ਪੁੱਛਗਿੱਛ ਨਹੀਂ ਹੋਈ। ਜਿਹੜੀਆਂ ਗੱਲਾਂ 'ਤੇ ਹਰ ਵਾਰ ਜਵਾਬ ਕਹਿੰਦੇ ਆ, ਉਹ ਕਹਿੰਦੇ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਕਿ ਜੱਜ ਸਾਹਿਬ ਆ 3 ਵਾਰੀ ਇਹਨਾਂ ਨੇ ਰਿਮਾਂਡ ਲਿਆ, ਅਰਜ਼ੀ ਦੀ ਤਰੀਕ ਬਦਲ ਲੈਂਦੇ ਨੇ ਅਤੇ ਮਸਲਾ ਉਹੀ ਹੈ ਇਹਨਾਂ ਦਾ, ਅਸੀਂ ਪਾਸਪੋਰਟ ਇਕੱਠਾ ਕਰਨਾ ਹੈ ਜੀ, ਇਹਨਾਂ ਦਾ ਆਹ ਕਰਨਾ, ਇਹਨਾਂ ਦਾ ਆਹ ਕਰਨਾ ਹੈ, ਅਤੇ ਨਵੀਂ ਗੱਲ ਕਿਹੜੀ ਲੈ ਕੇ ਆਏ ਨੇ? ਦੋਹਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਮਾਨਯੋਗ ਅਦਾਲਤ ਜਲਾਲਾਬਾਦ ਜੁਡੀਸ਼ਲ ਮੈਜਿਸਟਰੇਟ ਸਾਹਿਬ ਦੀ ਅਦਾਲਤ ਹੈ, ਉਹਨਾਂ ਨੇ ਸੁਖਪਾਲ ਸਿੰਘ ਖਹਿਰੇ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਤਾ, ਕਿਉਂਕਿ ਸੁਰੱਖਿਆ ਦਾ ਮਾਮਲਾ ਹੈ। ਮੋਸਟ ਪ੍ਰੋਬਲੀ ਦੁਬਾਰਾ ਸੁਖਪਾਲ ਸਿੰਘ ਖਹਿਰੇ ਨੂੰ ਸਖ਼ਤ ਸੁਰੱਖਿਆ ਜੇਲ੍ਹ ਨਾਭੇ ਦੇ ਵਿੱਚ ਹੀ ਲਿਆਂਦਾ ਜਾਵੇਗਾ। ਇੱਥੋਂ ਹੀ ਪੇਸ਼ਗੀ ਵਾਰੰਟਾਂ ਦੇ ਉੱਤੇ ਉਹਨਾਂ ਨੂੰ ਲੈ ਕੇ ਗਏ ਸੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।